इंसाफ पार्टी के उम्मीदवारों द्वारा अपने अपने नामांकन पत्र दाखिल किए गए। इस दौरान अकाली दल और लोक इंसाफ पार्टी के उम्मीदवारों का एक वक्त पर ही पहुंचने के चलते दोनों पक्षों के समर्थकों में एक दूसरे के विरोधी नारेबाजी भी होने लगी और आपस में वे भिड़ने भी लगे। मौके पर मौजूद पंजाब पुलिस के अधिकारियों ने बड़ी मशक्कत के बाद इन्हें रोका। इस पर सभी ने एक दूसरे पर टिप्पणी भी की। ਆਹਮਣੇ ਸਾਹਮਣੇ ਕਿਹਦੇ ਹੋਣੇ ਆ, ਮੇਰੀ ਗੱਲ ਸੁਣੋ ਯਾਰ, ਸਾਡੇ ਨਾਲ ਮੁਕਾਬਲਾ ਹੀ ਨਹੀਂ ਕਿਸੇ ਦਾ। ਮੁਕਾਬਲਾ ਤਾਂ ਜੇ ਹੋਵੇ ਨਾ ਤਾਂ ਆਮੋ ਸਾਹਮਣੇ ਹੁੰਦੇ ਆ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਹੜ ਆਇਆ ਹੋਇਆ, ਨਾਰੇ ਤਾਂ ਚੱਲਣੇ। ਹੋਰ ਅਸੀਂ ਚੁੱਪ ਰਹਿਣ ਤਾਂ ਨਹੀਂ ਆਏ, ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਆ, ਜੋਸ਼ ਹੈ, ਨਾਰੇ ਤਾਂ ਲਾਉਣੇ ਹੀ ਲਾਉਣੇ ਆ। ਦੇਖੋ ਜਿਹੜੇ ਲੋਕ ਮਜੀਠੀਆ ਸਾਹਿਬ 'ਤੇ ਥੁੱਕਦੇ ਸੀ ਉਹਨਾਂ ਦੇ ਮੂੰਹ 'ਤੇ ਪਈ ਹੈ, ਮੂੰਹ 'ਤੇ। ਕੇਜਰੀਵਾਲ ਨੇ ਮਾਫ਼ੀ ਮੰਗੀ, ਮੈਂ ਤੁਹਾਨੂੰ ਇੱਕ ਦੱਸਾਂ, ਬੈਂਸ ਦੇ ਬੰਦੇ ਰੌਲਾ ਪਾਉਂਦੇ ਆ ਨਾ। ਮੈਂ ਇੱਕੋ ਗੱਲ ਪੁੱਛਦਾ ਨਾਲੇ ਐਡਮਿਨਿਸਟ੍ਰੇਸ਼ਨ ਨੂੰ, ਨਾਲੇ ਬੈਂਸ ਸਾਹਿਬ ਨੂੰ, ਕਿ ਤੁਸੀਂ ਇੱਕ ਦਿਨ ਕਮਿਸ਼ਨਰ ਸਾਹਿਬ ਦੇ ਇੰਨਾ ਕੁ ਚਿੱਟਾ ਲੈ ਕੇ ਆਏ। ਮੈਂ ਵਕੀਲ ਹਾਂ 45 ਸਾਲ ਦਾ, ਚਿੱਟੇ ਦਾ ਪੁਜੈਸ਼ਨ ਇਟਸੈਲਫ ਓਫੈਂਸ ਹੁੰਦਾ। ਮੇਰੇ ਹਿਸਾਬ ਨਾਲ ਚਾਹੀਦਾ ਸੀ ਇਹ ਪਹਿਲਾਂ ਬੈਂਸ 'ਤੇ ਹੁੰਦਾ, ਪਰਚਾ ਉਹਦੀ ਤਫਦੀਸ਼ ਕਰਕੇ ਕਿ ਤੇਰੇ ਕੋਲ ਕਿੱਥੋਂ ਆਇਆ। ਸੱਚੀ ਗੱਲ ਤਾਂ ਸੱਚੀ ਹੈ, ਗੁੱਸਾ ਕਿਉਂ ਕਰਨਾ ਚਾਹੀਦਾ, ਜਿਹੜੀ ਸੱਚੀ ਗੱਲ ਹੋਵੇ ਉਹਦੇ ਲਈ ਗੁੱਸਾ। ਅਤੇ ਦੋਸਤੋ, ਇਹ ਨਾਅਰੇਬਾਜ਼ੀ ਤਾਂ ਪੂਰੇ ਪੰਜਾਬ ਦੀ ਗਲੀ ਗਲੀ 'ਚ ਹੁੰਦੀ ਹੈ, ਚਿੱਟਾ ਗਲੀ ਗਲੀ ਆ, ਚੋਰ ਕੁੱਤੀ ਰਲੀ ਆ, ਬੱਚਾ ਬੱਚਾ ਬੋਲਦਾ, ਮਜੀਠੀਆ ਚਿੱਟਾ ਤੋਲਦਾ, ਕਿਹਨੂੰ ਰੋਕ ਲੈਣਗੇ। ਇਹ ਤਾਂ ਇੱਕ ਲੋਕ ਗੀਤ ਅਖਾਣ ਬਣੇ ਹੋਏ ਆ, ਸੱਚਾਈ ਦੇ ਆਧਾਰ 'ਤੇ ਹੈਗੇ। ਬੁਰਾ ਲੱਗਿਆ, ਬੁਰਾ ਲੱਗਿਆ, ਬੁਰਾ ਲੱਗਿਆ ਵੀ ਇਹ ਲੋਕ ਉਹ ਨੇ ਜਿਨ੍ਹਾਂ ਨੂੰ ਸੇਧ ਦੇਣੀ ਚਾਹੀਦੀ ਆ, ਜਿਹੜੇ ਸਮਾਜ ਨੂੰ ਸੇਧ ਦਿੰਦੇ ਉਹ ਲੋਕ ਨੇ। ਅਸੀਂ ਤਾਂ ਹਮੇਸ਼ਾ ਹੀ ਕਹਿੰਦੇ ਹਾਂ ਵੀ ਇਹ ਲੋਕਾਂ ਨੇ ਹਮੇਸ਼ਾ ਗੁੰਡਾਗਰਦੀ ਕੀਤੀ ਆ। ਅੱਜ ਕੋਈ ਇਹ ਨਹੀਂ ਕਹਿ ਸਕਦੇ ਵੀ ਕਿਸੇ ਉਹਨਾਂ ਦੇ ਵਰਕਰ ਨੇ ਕੀਤੀ, ਉਹਨਾਂ ਦੇ ਕਿਸੇ ਲੀਡਰ ਨੇ ਕੀਤੀ, ਨਹੀਂ। ਅੱਜ ਤਾਂ ਦੋਨੋਂ ਜਣੇ ਆਪ ਪ੍ਰੈਜੈਂਟ ਸੀ ਉੱਥੇ, ਮਹੇਸ਼ਿੰਦਰ ਗਰੇਵਾਲ ਵੀ ਅਤੇ ਸਿਮਰਨਜੀਤ ਬੈਂਸ ਵੀ ਉੱਥੇ ਪ੍ਰੈਜੈਂਟ ਸੀ। ਇੱਥੋਂ ਪਤਾ ਲੱਗਦਾ ਵੀ ਇਹ ਲੋਕਾਂ ਪ੍ਰਤੀ ਕੀ ਇਹਨਾਂ ਦੇ ਅੰਦਰ ਭਾਵਨਾ, ਮਤਲਬ ਇਹ ਗੁੰਡਾਗਰਦੀ ਕਰ ਸਕਦੇ ਆ, ਇਹਨਾਂ ਦੇ ਅੰਦਰ ਇੰਨਾ ਗੁੱਸਾ ਹੈ, ਇੰਨੀ ਅੱਗ ਆ ਵੀ ਇਹ ਰਹਿ ਹੀ ਨਹੀਂ ਸਕਦੇ ਇਸ ਜਿਹਾ ਰੈਸ਼ਪਣਾ ਕਰਨ ਤੋਂ।